Hello guys, welcome back to my channel Be Optimistic. I hope you all are doing well. Today I'm here with the sample answer of latest cue card for mid-August 2020, and in my previous video I provided you review of 16 July's exam with the writing sections explanation. If you haven't watched that video, then you can get the link in description box. And if you are new to my channel, please subscribe my channel and press the bell icon so that you can get immediate notification regarding my videos upload. And must press the bell icon if you learn something useful, and don't forget to share my videos with your friends as well. So let's dive into today's concept without wasting a precious time right now. Today's topic is, describe a time when a family member asked for your help. This is based on the past tense, as you can see that asked for your help, right? Particular time jo thode kise family member ne thodi help mangi. When it was the time, who asked you for help, who was he or she, how you helped and how you felt about it, right? When it was, kadon si, ਕਿਨੇ ਹੈਲਪ ਮੰਗੀ, ਤੁਸੀਂ ਕਿਵੇਂ ਹੈਲਪ ਕੀਤੀ, ਐਂਡ ਹਾਊ ਯੂ ਫੈਲਟ, ਤੁਸੀਂ ਕਿਵੇਂ ਫੀਲ ਕੀਤਾ ਹੈਲਪ ਕਰਨ ਤੋਂ ਬਾਅਦ, ਰਾਈਟ? ਐਂਡ ਦਿਸ ਯੂ ਕੈਨ ਟਾਕ ਅਬਾਊਟ ਐਨੀ ਕਾਇੰਡ ਆਫ ਹੈਲਪ ਦੈਟ ਯੂ ਪ੍ਰੋਵਾਈਡਡ ਟੂ ਯੋਰ ਮਦਰ, ਫਾਦਰ ਔਰ ਸਿਬਲਿੰਗਸ, ਰਾਈਟ? ਸੋ ਲੈਟਸ ਹੈਵ ਅ ਲੁੱਕ ਇਟ ਮਾਈਂਡ ਸੈਂਪਲ ਆਨਸਰ. ਵੈਲ, ਹੈਲਪਿੰਗ ਅਦਰਸ ਇਜ਼ ਦ ਵਨ ਆਫ ਦ ਬੇਸਟ ਵਰਚੂਸ. ਵਰਚੂਸ ਮੀਨਸ ਲਾਈਕ ਮੈਰਿਟਸ. I assist my kith and kins as well as some strangers from time to time. Assist means help. Like dujiyan di help karna ik like jehde change gun unna vicho ek virtue means gun. And main apne kith and kins is kind of idiom like to relatives or near ones, right? Main unna di vi help karde rehne te kuch samay samay te aur time time te main kuch strangers di help bhi karti ha. Here I'm going to talk about a time when I provided aid to one of my family members. And ਇੱਥੇ ਮੈਂ ਉਸ ਟਾਈਮ ਦੀ ਗੱਲ ਕਰਨ ਜਾ ਰਹੀ ਹਾਂ ਜਦੋਂ ਮੈਂ ਆਪਣੇ ਇੱਕ ਫੈਮਿਲੀ ਮੈਂਬਰ ਦੀ ਹੈਲਪ ਕੀਤੀ. ਇਟ ਇਜ਼ ਅ ਮੈਟਰ ਆਫ ਫਿਊ ਮੰਥਸ ਬੈਕ. ਆਈ ਵਿਵਲੀ ਰਿਮੈਂਬਰ ਵਨ ਡੇ ਇਨ ਲੇਟ ਈਵਨਿੰਗ ਨੀਅਰ ਅਬਾਊਟ ਇਟ 7:30 PM ਆਊਟ ਆਫ ਦ ਬਲੂ ਸਮਬਡੀ ਰੈਂਕ ਆਰ ਡੋਰ ਬੈਲ. ਵਿਵਲੀ ਮੀਨਸ ਕਲੀਅਰਲੀ, ਰਾਈਟ? ਆਊਟ ਆਫ ਦ ਬਲੂ ਇਜ਼ ਐਨ ਆਈਡੀਅਮ ਦੈਟ ਮੀਨਸ ਸਡਨਲੀ. ਲਾਈਕ ਇਹ ਕੁਛ ਮੰਥ ਪਹਿਲਾਂ ਦੀ ਗੱਲ ਆ, ਮੈਨੂੰ ਬਹੁਤ ਕਲੀਅਰਲੀ ਯਾਦ ਆ ਕਿ ਇੱਕ ਦਿਨ ਲੇਟ ਈਵਨਿੰਗ ਦੇ ਵਿੱਚ ਨੀਅਰ ਅਬਾਊਟ 7:30 PM ਸਡਨਲੀ ਕਿਸੇ ਨੇ ਸਾਡੀ ਡੋਰ ਬੈਲ ਵਜਾਈ. ਵੈਨ ਆਈ ਓਪਨ ਦ ਡੋਰ ਆਈ ਵਾਸ ਸਟਾਰਟਡ ਟੂ ਸੀ 5 ਕਿਡਸ ਹੂ ਵਰ ਫਰੋਮ ਮਾਈ ਮੈਟਰਨਲ ਹੋਮ. ਸਟਾਰਟਡ ਮੀ ਸਰਪ੍ਰਾਈਜ਼ਡ. ਮੈਟਰਨਲ ਹੋਮ ਫਰੋਮ ਮਾਈ ਮਦਰਸ ਹੋਮ, ਰਾਈਟ? ਜਦੋਂ ਮੈਂ ਡੋਰ ਓਪਨ ਕੀਤਾ ਤਾਂ ਮੈਂ ਬਹੁਤ ਸਰਪ੍ਰਾਈਜ਼ਡ ਹੋ ਗਈ 5 ਗੈਸਟ ਨੂੰ ਦੇਖ ਕੇ ਜਿਹੜੇ ਮੇਰੇ ਮੈਟਰਨਲ ਹੋਮ ਤੋਂ ਆਏ ਸੀ. ਮੈਟਰਨਲ ਹੋਮ ਲਾਈਕ ਨਾਨਕਿਆਂ ਤੋਂ, ਰਾਈਟ? ਦੇ ਵਿਜ਼ਿਟਡ ਅਸ ਟੂ ਸਟੇ ਐਟ ਆਰ ਹੋਮ ਵਿਦਆਊਟ ਇਨਫੋਰਮਿੰਗ ਅਸ ਬਿਫੋਰ ਹੈਂਡ ਸੋ ਦੈਟ ਵੀ ਕੁਡ ਡੂ ਸਮ ਪ੍ਰੈਪਰੇਸ਼ਨਸ ਇਨ ਐਡਵਾਂਸ. ਉਹ ਲਾਈਕ ਸਾਡੇ ਘਰ ਰਹਿਣ ਲਈ ਆਏ ਸੀ ਪਰ ਬਿਨਾਂ ਇਨਫੋਰਮ ਕੀਤੇ, ਸੋ ਦੈਟ ਤਾਂ ਜੋ ਅਸੀਂ ਕੋਈ ਪਹਿਲਾਂ ਹੀ ਪ੍ਰੈਪਰੇਸ਼ਨ ਕਰ ਲੈਂਦੇ ਐਡਵਾਂਸ ਦੇ ਵਿੱਚ, ਪਰ ਉਹਨਾਂ ਨੇ ਸਾਨੂੰ ਇਨਫੋਰਮ ਨਹੀਂ ਕੀਤਾ ਸੀ. ਫਸਟਲੀ ਆਈ ਆਫਰਡ ਦੈਮ ਸੀਟਸ ਐਂਡ ਸਰਵਡ ਵੀਵਰੇਜਸ. ਵੀਵਰੇਜਸ ਮੀਨਸ ਲਾਈਕ ਡਰਿੰਕਸ ਐਕਸੈਪਟ ਵਾਟਰ ਲਾਈਕ ਕੋਲਡ ਡਰਿੰਕਸ, ਰਾਈਟ? ਐਂਡ ਸਭ ਤੋਂ ਪਹਿਲਾਂ ਮੈਂ ਉਹਨਾਂ ਨੂੰ ਸੀਟਸ ਲਾਈਕ ਪਹਿਲਾਂ ਮੈਂ ਉਹਨਾਂ ਨੂੰ ਬੈਠਣ ਲਈ ਕਿਹਾ ਅਤੇ ਉਹਨਾਂ ਨੂੰ ਮੈਂ ਡਰਿੰਕਸ ਸਰਵ ਕੀਤੇ. ਮਾਈ ਮਦਰ ਵਾਜ ਰੀਅਲੀ ਵੈਰੀ ਟੈਂਸਡ ਬਿਕੋਜ਼ ਸ਼ੀ ਵਾਜ ਫੀਲਿੰਗ ਅੰਡਰ ਦ ਵੈਦਰ ਔਨ ਦੈਟ ਡੇ. ਸੋ ਸ਼ੀ ਆਸਕਡ ਮੀ ਟੂ ਹੈਲਪ ਟੂ ਪ੍ਰਿਪੇਅਰ ਦ ਡਿਨਰ. ਫੀਲਿੰਗ ਅੰਡਰ ਦ ਵੈਦਰ ਇਜ਼ ਐਨ ਆਈਡੀਅਮ ਦੈਟ ਮੀਨਸ ਟੂ ਲਾਈਕ ਫੀਲਿੰਗ ਅਨਵੈਲ ਔਰ ਸ਼ੀ ਵਾਜ ਸਿੱਕ, ਰਾਈਟ? ਇੰਡੀਆ ਉਹ ਕਾਫੀ ਟੈਂਸਡ ਹੋ ਗਈ ਸੀ ਇਹਨੇ ਗੈਸਟ ਨੂੰ ਦੇਖ ਕੇ, ਕਿਉਂਕਿ ਉਹਨਾਂ ਉਦੋਂ ਉਹ ਠੀਕ ਨਹੀਂ ਸੀਗੇ, ਉਹ ਵਧੀਆ ਫੀਲ ਨਹੀਂ ਕਰ ਰਹੇ ਸੀ. ਸੋ ਉਹਨਾਂ ਨੇ ਮੈਨੂੰ ਕਿਹਾ ਹੈਲਪ ਕਰਨ ਦੇ ਲਈ, ਡਿਨਰ ਬਣਾਉਣ ਦੇ ਲਈ. ਈਵਨ ਦੋ ਔਨ ਦ ਵੈਰੀ ਨੈਕਸਟ ਡੇ ਵਾਜ ਮਾਈ ਫਾਈਨਲ ਐਗਜ਼ਾਮ ਐਂਡ ਅ ਵਾਸਟ ਪੋਰਸ਼ਨ ਆਫ ਸਿਲੇਬਸ ਵਾਜ ਲੈਫਟ ਟੂ ਰਿਵਾਈਜ਼, ਬਟ ਐਟ ਦ ਡ੍ਰੌਪ ਆਫ ਅ ਹੈਡ ਦੈਟ ਇਜ਼ ਅਨਦਰ ਈਡੀਅਮ ਦੈਟ ਮੀਨ ਇੰਸਟੈਂਟਲੀ ਵਿਦਆਊਟ ਹੈਵਿੰਗ ਅ ਸੈਕਿੰਡ ਥਾਟ ਆਈ ਵੈਂਟ ਇਨ ਦ ਕਿਚਨ. ਲਾਈਕ ਚਾਹੇ ਨੈਕਸਟ ਡੇ ਮੇਰਾ ਫਾਈਨਲ ਐਗਜ਼ਾਮ ਸੀਗਾ ਅਤੇ ਮੇਰਾ ਕਾਫੀ ਹਿਊਜ ਪੋਰਸ਼ਨ ਆਫ ਸਿਲੇਬਸ ਜਿਹੜਾ ਰਿਵਾਈਜ਼ ਕਰਨ ਵਾਲਾ ਰਹਿੰਦਾ ਸੀ, ਪਰ ਫਿਰ ਵੀ ਮੈਂ ਇਮੀਡੀਏਟਲੀ ਬਿਨਾਂ ਸੋਚੇ ਦੂਜੀ ਵਾਰ ਮੈਂ ਕਿਚਨ ਦੇ ਵਿੱਚ ਚਲੀ ਗਈ. ਐਜ਼ ਆਮ ਨੋਟ ਪ੍ਰੋਫੀਸ਼ੀਐਂਟ ਇਨ ਕੁਕਿੰਗ, ਸੋ ਆਈ ਜਸਟ ਚੌਪ ਦ ਵੈਜਿਸ ਇਨ ਸੈਲਡ. ਮੈਂ ਲਾਈਕ ਪ੍ਰੋਫੀਸ਼ੀਐਂਟ ਮੀਨਸ ਆਮ ਸਕਿਲਡ, ਆਮ ਨੋਟ ਸਕਿਲਡ ਇਨ ਕੁਕਿੰਗ. ਲਾਈਕ ਮੇਰੀ ਕੁਕਿੰਗ ਵਧੀਆ ਨਹੀਂ ਹੈਗੀ, ਸੋ ਮੈਂ ਜਸਟ ਵੈਜਿਸ ਲਾਈਕ ਵੈਜੀਟੇਬਲਸ ਵਗੈਰਾ ਕੱਟੀਆਂ ਇਨ ਸੈਲਡ ਕੱਟਿਆ. ਐਂਡ ਮੈਂ ਆਈ ਫੋਲੋਡ ਮਾਈ ਮਦਰਸ ਗਾਈਡਲਾਈਨਸ ਟੂ ਪ੍ਰਿਪੇਅਰ ਦ ਰਾਈਸ ਪੁਡਿੰਗ ਇਨ ਮੇਡ ਚਪਾਤੀਸ. ਮੈਂ ਆਪਣੇ ਮਦਰ ਦੀ ਗਾਈਡਲਾਈਨਸ ਨੂੰ ਫੋਲੋ ਕਰਕੇ ਰਾਈਸ ਪੁਡਿੰਗ ਬਣਾਈ, ਮੀਨਸ ਖੀਰ ਬਣਾਈ ਅਤੇ ਚਪਾਤੀਸ ਵੀ ਬਣਾਈਆਂ. ਆਈ ਟੁੱਕ ਅਸ ਨੀਅਰ ਅਬਾਊਟ 2 hours ਟੂ ਪ੍ਰਿਪੇਅਰ ਦ ਮੀਲਸ. ਲਾਈਕ ਸਾਨੂੰ ਨੀਅਰ ਅਬਾਊਟ 2 hours ਲੱਗ ਗਏ ਮੀਲ ਬਣਾਉਣ ਦੇ ਲਈ, ਖਾਣਾ ਰੈਡੀ ਕਰਨ ਦੇ ਲਈ. ਫਾਈਨਲੀ ਆਈ ਸਰਵ ਦ ਫੂਡ ਟੂ ਦ ਗੈਸਟ ਐਂਡ ਮਾਈ ਪੇਰੈਂਟਸ ਐਂਡ ਬ੍ਰਦਰ ਜੁਆਇਨ ਦੇਮ ਔਨ ਦ ਡਾਇਨਿੰਗ ਟੇਬਲ.
ਫਾਈਨਲੀ ਮੈਂ ਗੈਸਟ ਨੂੰ ਫੂਡ ਸਰਵ ਕੀਤਾ ਮੇਰੇ ਪੇਰੈਂਟਸ ਐਂਡ ਮੇਰੇ ਬ੍ਰਦਰ ਨੇ ਉਹਨਾਂ ਨੂੰ ਡਾਇਨਿੰਗ ਟੇਬਲ 'ਤੇ ਜੁਆਇਨ ਕੀਤਾ ਐਵਰੀਵਨ ਵਾਸ ਲਿਟਰਲੀ ਲਿਕਿੰਗ ਦ ਫਿੰਗਰਸ ਐਂਡ ਐਪਰੀਸ਼ੀਏਟਡ ਮਾਈ ਮਦਰਸ ਕਲਨਰੀ ਸਕਿੱਲਸ ਮੀਨਸ ਕੁਕਿੰਗ ਸਕਿੱਲ ਲਿਕਿੰਗ ਦ ਫਿੰਗਰਸ ਮੀਨਸ ਦੇ ਜਸਟ ਲਵ ਦ ਫੂਡ ਕਿ ਸਾਰੇ ਜਾਣੇ ਆਪਣੇ ਫਿੰਗਰਸ ਲਾਈਕ ਉਂਗਲਾਂ ਨੂੰ ਚੱਟ ਰਹੇ ਸੀ ਐਂਡ ਮੇਰੀ ਮਦਰ ਦੀ ਕੁਕਿੰਗ ਸਕਿੱਲ ਉਹਨਾਂ ਨੇ ਐਪਰੀਸ਼ੀਏਟ ਕੀਤਾ ਉਹਨਾਂ ਦੀ ਪ੍ਰੇਜ਼ ਕੀਤੀ ਐਂਡ ਸਪੈਸ਼ਲੀ ਦ ਡਿਜ਼ਰਟ ਵਿਚ ਵਾਸ ਪ੍ਰਪੇਅਰਡ ਬਾਈ ਮੀ ਐਂਡ ਸਪੈਸ਼ਲੀ ਉਹਨਾਂ ਨੇ ਉਹ ਡਿਜ਼ਰਟ ਦੀ ਪ੍ਰੇਜ਼ ਕੀਤੀ ਜਿਹੜਾ ਮੈਂ ਬਣਾਇਆ ਸੀ ਮਾਈ ਮਦਰ ਗੇਵ ਦ ਹੋਲ ਕ੍ਰੈਡਿਟ ਟੂ ਮੀ ਐਂਡ ਥੈਂਕਡ ਮੀ ਮਾਈ ਮਦਰ ਨੇ ਸਾਰਾ ਕ੍ਰੈਡਿਟ ਮੈਨੂੰ ਦਿੱਤਾ ਅਤੇ ਮੈਨੂੰ ਥੈਂਕਸ ਵੀ ਕਿਹਾ ਐਟ ਦੈਟ ਟਾਈਮ ਆਈ ਸਮਾਈਲ ਪ੍ਰਾਊਡਲੀ ਐਂਡ ਵਾਕਿੰਗ ਔਨ ਏਅਰ ਵਾਕਿੰਗ ਔਨ ਏਅਰ ਇਜ਼ ਐਨ ਈਡੀਅਮ ਦੈਟ ਮੀਨਸ ਟੂ ਬੀ ਐਕਸਟ੍ਰੀਮਲੀ ਹੈਪੀ ਐਂਡ ਸਮਾਈਲ ਪ੍ਰਾਊਡਲੀ ਇਜ਼ ਐਨ ਕੋਲੋਕੇਸ਼ਨ ਦੈਟ ਮੀਨਸ ਟੂ ਸਮਾਈਲ ਵਿਦ ਪ੍ਰਾਊਡ ਰਾਈਟ ਕਿ ਉਸ ਟਾਈਮ 'ਤੇ ਮੈਂ ਬਹੁਤ ਹੀ ਲਾਈਕ ਪ੍ਰਾਊਡ ਫੀਲ ਕੀਤਾ ਅਤੇ ਮੈਂ ਪ੍ਰਾਊਡ ਨਾਲ ਸਮਾਈਲ ਕੀਤੀ ਅਤੇ ਮੈਂ ਬਹੁਤ ਖੁਸ਼ ਸੀ ਬਿਕੋਜ਼ ਮੇਰੇ ਬ੍ਰਦਰ ਨੇ ਸਾਰਾ ਕ੍ਰੈਡਿਟ ਮੈਨੂੰ ਦਿੱਤਾ ਮੈਨੂੰ ਥੈਂਕਸ ਰਾਈਟ ਗੈਸਟ ਵਰ ਰੀਅਲੀ ਪਲੀਜ਼ਡ ਫਰੋਮ ਆਰ ਹੋਸਪਿਟੈਲਿਟੀ ਹੋਸਪਿਟੈਲਿਟੀ ਮੀਨਸ ਲਾਈਕ ਹਾਊ ਵੀ ਟ੍ਰੀਟਡ ਦੇ ਮੈਟ ਆਰ ਹੋਮ ਐਜ਼ ਅ ਗੈਸਟ ਪਲੀਜ਼ਡ ਮੀਨਸ ਹੈਪੀ ਐਂਡ ਦੇ ਆਲਸੋ ਗੇਵ ਮੀ ਮਨੀ ਐਜ਼ ਅ ਗਿਫਟ ਫੋਰ ਵਿਚ ਆਈ ਡਿਨਾਈਡ ਇਨੀਸ਼ੀਅਲੀ ਬਟ ਦੇ ਹੈਂਡਡ ਦੈਟ ਟੂ ਮੀ ਫੋਰਸਫੁਲੀ ਐਂਡ ਉਹ ਬਹੁਤ ਖੁਸ਼ ਹੋਏ ਸਾਡੀ ਮਹਿਮਾਨ ਨਿਵਾਜੀ ਤੋਂ ਐਂਡ ਉਹਨਾਂ ਨੇ ਮੈਨੂੰ ਮਨੀ ਵੀ ਦਿੱਤੀ ਐਜ਼ ਅ ਗਿਫਟ ਜਿਹਦੇ ਲਈ ਡਿਨਾਈ ਮੀਨਸ ਆਈ ਰਿਫਿਊਜ਼ਡ ਇਨੀਸ਼ੀਅਲੀ ਮੈਂ ਮਨਾ ਕਰ ਦਿੱਤਾ ਪਰ ਦੇ ਹੈਂਡਡ ਦੈਟ ਪਰ ਉਹਨਾਂ ਨੇ ਮੈਨੂੰ ਫੋਰਸਫੁਲੀ ਉਹ ਦੇ ਦਿੱਤੀ ਦੈਨ ਈ ਵਾਸ਼ ਦ ਡਿਸ਼ਿਜ਼ ਐਂਡ ਮੇਡ ਦ ਬੈਡਸ ਫੋਰ ਦ ਗੈਸਟ ਦੈਨ ਮੈਂ ਲਾਈਕ ਬਰਤਨ ਸਾਫ਼ ਕੀਤੇ ਅਤੇ ਲਾਈਕ ਬਿਸਤਰ ਵਿਛਾਏ ਗੈਸਟ ਦੇ ਲਈ ਆਈ ਵਾਸ ਫੀਲਿੰਗ ਸੋ ਡਰਾਊਜ਼ੀ ਮੀਨਸ ਸਲੀਪੀ ਐਂਡ ਐਗਜ਼ੌਸਟਡ ਮੀਨਸ ਟਾਇਰਡ ਮੈਂ ਬਟ ਐਟ ਦ ਟਾਈਮ ਇਟ ਵਾਸ ਅਸੈਂਸ਼ੀਅਲ ਫੋਰ ਮੀ ਟੂ ਬਰਨ ਦ ਮਿਡ ਨਾਈਟ ਆਇਲ ਟੂ ਪ੍ਰਿਪੇਅਰ ਫੋਰ ਐਗਜ਼ਾਮ ਸੋ ਇਟ ਵਾਸ ਅ ਟਾਈਮ ਵੈਨ ਆਈ ਲਿੰਕ ਦ ਹੈਂਡ ਟੂ ਮਾਈ ਮਦਰ ਇਨ ਦ ਕਿਚਨ ਐਂਡ ਗੋਟ ਇਨਰ ਬਲੈਸ ਰਾਈਟ ਇਨਰ ਬਲੈਸ ਮੀਨਸ ਇੰਟਰਨਲ ਹੈਪੀਨੈਸ ਰਾਈਟ ਬਰਨ ਦ ਮਿਡ ਨਾਈਟ ਆਇਲ ਇਜ਼ ਇਨ ਅਨਦਰ ਮੀਡੀਅਮ ਦੈਟ ਮੀਨਸ ਟੂ ਰੀਡ ਅ ਵਰਕ ਲੇਟ ਨਾਈਟ ਕਿ ਉਸ ਦਿਨ ਮੈਂ ਉਸ ਟਾਈਮ 'ਤੇ ਮੈਂ ਬਹੁਤ ਲਾਈਕ ਸਲੀਪੀ ਅਤੇ ਥੱਕਿਆ ਹੋਇਆ ਫੀਲ ਕਰ ਰਹੀ ਸੀ ਪਰ ਉਸ ਟਾਈਮ 'ਤੇ ਮੇਰੇ ਲਈ ਦੇਰ ਰਾਤ ਤੱਕ ਪੜ੍ਹਨਾ ਜ਼ਰੂਰੀ ਸੀਗਾ ਕਿਉਂਕਿ ਮੈਂ ਐਗਜ਼ਾਮ ਲਈ ਪ੍ਰਿਪੇਅਰ ਕਰਨਾ ਸੀ ਸੋ ਇਹ ਉਹ ਟਾਈਮ ਸੀ ਜਦੋਂ ਮੈਂ ਆਪਣੀ ਮਦਰ ਦਾ ਲਾਈਕ ਕਿਚਨ ਦੇ ਵਿੱਚ ਹੱਥ ਬਿਠਾਇਆ ਅਤੇ ਮੈਨੂੰ ਅੰਦਰੋਂ ਖੁਸ਼ੀ ਮਿਲੀ ਰਾਈਟ ਸੋ ਦਿਸ ਇਜ਼ ਆਲ ਅਬਾਊਟ ਦ ਸੈਂਪਲ ਆਂਸਰ ਆਈ ਹੋਪ ਇਟ ਵੁੱਡ ਬੀ ਯੂਜ਼ਫੁਲ ਫੋਰ ਯੂ ਗਾਇਸ ਇਨ ਟੂ ਡੇਜ਼ ਸੈਂਪਲ ਆਂਸਰ ਵੀ ਹੈਵ ਯੂਜ਼ਡ 5 ਈਡੀਅਮਸ ਫਸਟ ਵਨ ਇਜ਼ ਆਊਟ ਆਫ ਬਲੂ ਦੈਟ ਮੀਨਸ ਸਡਨਲੀ ਸੈਕਿੰਡ ਵਨ ਇਜ਼ ਫੀਲਿੰਗ ਅੰਡਰ ਦ ਵੈਦਰ ਦੈਟ ਮੀਨਸ ਸਿੱਕ third one is at the drop of a hat that means instantly or immediately and fourth one is walking on air that means feeling very happy last one is burn the midnight oil that means freed of work late into the night right so these all were the idioms and we have also used many vocab words that I have highlighted in the red color and explained the meaning side by side So guys, that's all about today's video session. I hope it would be understandable as well as useful for you. But still, if you face any kind of difficulty in this sample answer or any of the IELTS module, then you can let me know by typing in the comment box or either you can drop a mail to me on my Gmail account that you can see on your screen. And so thanks for watching. Stay tuned. Keep watching my videos. Bye-bye. Take care. Be optimistic.